ਅਗੇ ਮਤਲਬ ਖਰਕ ਦੀ ਖਰੀਦ ਦਾ ਕੰਮ ਲਗਭਗ ਪੰਜਾਬ ਦੇ ਅੰਦਰ ਮੁਕੰਮਲ ਹੋ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕਿਸਾਨਾਂ ਦੀ ਅਦਾਇਗੀ ਨਹੀਂ ਕੀਤੀ ਗਈ। ਇਹ ਦਾਵਾ ਕੀਤਾ ਹੈ ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 3 ਮਈ ਤੱਕ ਕਿਸਾਨਾਂ ਦੀ ਅਦਾਇਗੀ ਨਾ ਕੀਤੀ ਗਈ ਤਾਂ ਕਿਸਾਨ ਸੈੱਲ ਵੱਲੋਂ ਜੇਲ੍ਹ ਪਰੋ ਅੰਦੋਲਨ ਸ਼ੁਰੂ ਕੀਤਾ ਜਾਏਗਾ। ਜ਼ੀਰਾ ਮੁਤਾਬਕ 3 ਮਈ ਤੱਕ ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਦੇ ਪੰਜ-ਪੰਜ ਆਗੂ ਜਾ ਕੇ ਮੁੱਖ ਮੰਤਰੀ ਨਿਵਾਜ਼ ਦੇ ਬਾਹਰ ਦਰਨਾ ਦੇਣਗੇ। ਕਣਕ ਦੀ ਫਸਲ 1 April ਤੋਂ ਸ਼ੁਰੂ ਹੋਈ ਏ ਤੇ ਅੱਜ 28 April ਹੋ ਗਈ ਏ ਜਿਹੜੀ 20000 ਕਰੋੜ ਰੁਪਏ ਦੀ ਕਣਕ ਸਰਕਾਰ ਨੇ ਖਰੀਦੀ ਏ ਉਹਦੇ ਚੋਂ ਸਿਰਫ 2611 ਕਰੋੜ ਦੀ ਅਜੇ ਪੇਮੈਂਟ ਹੋਈ ਏ ਕਿਸਾਨ ਤੇ ਆੜਤੀਆ ਤੇ ਮਜ਼ਦੂਰ ਬਹੁਤ ਦੁਖੀ ਏ ਅੱਜ ਕਿਸਾਨ ਖੇਤ ਮਜ਼ਦੂਰ ਸੱਲ ਪੰਜਾਬ ਸਰਕਾਰ ਵਿਰੁੱਧ ਜਿਹੜਾ ਮੋਰਚਾ ਲਾ ਰਿਹਾ ਏ ਜਿੰਨੇ ਚ ਸਾਡੇ ਅੱਜ 5 ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ ਧਰਨਾ ਦੇਣਗੇ ਔਰ ਗ੍ਰਿਫਤਾਰੀ ਦੇਣਗੇ ਤੇ ਮੈਮੋਰੰਡਮ ਦੇਣਗੇ ਔਰ ਲਗਾਤਾਰ 3 ਤਰੀਕ ਤੱਕ 5-5 ਆਗੂ ਜਿਹੜੇ ਉਥੇ ਧਰਨੇ ਦੇਣਗੇ ਤੇ 3 ਤਰੀਕ ਤੱਕ ਜੇ ਪੇਮੈਂਟ ਨਾ ਹੋਈ ਤੇ 4 ਤਰੀਕ ਨੂੰ ਵੱਡਾ ਧਰਨਾ ਦਿੱਤਾ ਜਾਵੇਗਾ ਘਰਾਓ ਕੀਤਾ ਜਾਵੇਗਾ ਜਿੰਦੀ ਗਵਾਈ ਮੈਂ ਖੁਦ ਇੰਦਰਜੀਤ ਸਿੰਘ ਜੀਰਾ ਕਿਸਾਨ ਖੇਤ ਮਜ਼ਦੂਰ ਚੇਅਰਮੈਨ ਜਿਹੜਾ ਹੁਣ ਦੇ ਨਾਤੇ ਮੈਂ ਕਰਾਂ